ਮੱਜੂ ਕੇ ਲਾਈਨ ਦੇ ਚਾਹਵਾਨਾਂ ਲਈ ਇਹ ਗੱਲ ਬੜੀ ਖੁਸ਼ੀ ਦੀ ਆ ਕਿ ਆ ਘੋੜਾ ਜਿਹੜਾ ਇਟਲੀ ਵਾਲੇ ਪਲਵਾਨਾਂ ਦੇ ਹੱਥ ਦੇ ਵਿੱਚ ਆ ਨਾ ਇਹ ਘੋੜਾ ਮੱਜੂ ਕਿਆਂ ਵਾਲੇ 나ਗ ਦਾ ਪੁੱਤ ਆ 나ਗ ਦਾ ਪੁੱਤ ਵੀ ਕਿਹਾ ਤੇ ਕੀ ਆਖਿਆ ਇਹ 나ਗ ਦੀ ਕਾਪੀ ਆ ਬਿਲਕੁਲ ਇੱਕ ਤਾਂ ਹੁੰਦੀ ਆ ਨਾ ਫੋਟੋ ਕਾਪੀ ਇਹ ਫੋਟੋ ਕਾਪੀ ਨਹੀਂ ਇਹ ਤਾਂ ਜਮਾਂ origignal ਕਾਪੀ ਆ ਉਹੀ ਮਾਰਕਿੰਗ ਆ ਉਹੀ ਸੁਭਾਅ ਏ ਉਹੀ ਅਗਰੈਸ਼ਨ ਆ ਉਹੀ ਧੌਣਾ ਉਹੀ ਸਾਰਾ ਕੋਸਾ ਤੇ ਮਾਲਕ ਕਿਰਪਾ ਕਰੇ ਉਸੇ ਤਰ੍ਹਾਂ ਦੇ ਬੱਚੇ ਪੈਦਾ ਕਰ ਦੇਵੇ ਇਹ ਕੋੜਾ ਆ ਦੇਖੋ 나ਗ ਦੀ ਜਿਹੜੀ ਮਾਰਕਿੰਗ ਸੀਗੀ ਉਹ ਇੱਕ ਪੈਰ ਚਿੱਟਾ ਸੀ ਬਾਕੀ ਸਾਰੇ ਪਿੰਡੇ ਤੋਂ ਇੱਕ ਰੰਗ ਸੀ ਇਹਨੂੰ ਘੋੜਿਆਂ ਦੀ ਮਾਰਕੀਟ ਦੇ ਵਿੱਚ ਇਸ ਇੱਕ ਪੈਰ ਚਿੱਟੇ ਨੂੰ ਅਰਜਨ ਆਖਿਆ ਜਾਂਦਾ ਹੈ ਤੇ ਅਰਜਣ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਪਰ ਇਸ ਅਸ਼ੁੱਭ ਮੰਨਣ ਵਾਲੀ ਜਿਹੜੀ ਕਹਾਣੀ ਹੈ ਨਾ ਇਹਨੂੰ 나ਗ ਨੇ ਤੋੜਿਆ ਸੀ 나ਗ ਨੇ ਇਸ ਰਿਕਾਰਡ ਨੂੰ ਤੋੜ ਕੇ ਤੈਸ਼ਨੈਸ਼ ਕਰਕੇ ਪਰੇ ਸੁੱਟਤਾ ਸੀ ਕਿ ਇੱਕ ਪੈਰ ਚਿੱਟੇ ਵਾਲਾ ਘੋੜਾ ਕਦੇ ਵੀ ਮਾੜਾ ਨਹੀਂ ਹੋ ਸਕਦਾ ਕਿਉਂਕਿ 나ਗ ਨੇ ਜੋ ਨਾਮ ਕਮਾਇਆ ਤੇ ਜੋ ਬੱਚੇ ਪੈਦਾ ਕੀਤੇ ਉਹ ਸਾਰੀ ਦੁਨੀਆ ਦੇ ਸਾਹਮਣੇ ਆ ਤੇ ਉਹੀ ਚੀਜ਼ ਤੇ ਸ਼ਾਇਦ ਉਸੇ ਰਿਕਾਰਡ ਨੂੰ ਬਿਲਕੁਲ ਖਤਮ ਕਰਨ ਵਾਸਤੇ ਉਸ ਅੰਧਵਿਸ਼ਵਾਸ ਨੂੰ ਬਿਲਕੁਲ ਖਤਮ ਕਰਨ ਵਾਸਤੇ ਦਾਤੇ ਨੇ ਉਹਦਾ ਪੁੱਤ ਭੇਜਿਆ ਇਹ ਜਿਹੜੇ ਦੋ ਪਲਵਾਨ ਤੁਹਾਡੇ ਸਾਹਮਣੇ ਤੁਰੇ ਜਾਂਦੇ ਆ ਅਸਲ ਦੇ ਵਿੱਚ 22 ਸਤਵੰਤ ਤੇ 22 ਕੁਲਵਿੰਦਰ ਇਹ ਦੋਨੇ ਵੇਖਣ ਨੂੰ ਸਕੇ ਭਰਾ ਲੱਗਦੇ ਆ ਪਰ ਸਕੇ ਭਰਾ ਨਹੀਂ ਗੇ ਤੇ ਨਾ ਹੀ ਇਹ ਚਾਚੇ ਤਾਏ ਦੇ ਪੁੱਤ ਆ ਇਹ ਅਸਲ ਦੇ ਵਿੱਚ ਪਿਓ ਪੁੱਤ ਆ ਤੇ ਮੈਂ ਜਦੋਂ ਵੀ ਇਹਨਾਂ ਨੂੰ ਮਿਲਦਾ ਹੁੰਨਾ ਪਲਵਾਨਾਂ ਨੂੰ ਤੇ ਮੈਂ ਚੌੜ ਕਰਦਾ ਹੁੰਨਾ ਇਹਨਾਂ ਦੇ ਨਾਲ ਵੀ ਚਾਚਾ ਤੁਸੀਂ ਪਿਓ ਪੁੱਤ ਨਾ ਅਜੂਬੇ ਆ ਤੇਰੇ ਪੁੱਤ ਦੀ ਉਮਰ ਤੇਰ ਨਾਲੋਂ ਵੱਡੀ ਲੱਗਦੀ ਆ ਤੇ ਤੂੰ ਪੁੱਤ ਨਾਲੋਂ ਛੋਟਾ ਲੱਗਦਾ ਕੱਲਾ ਉਮਰ ਚ ਹੀ ਨਹੀਂ ਲੱਗਦਾ ਫਿਟਨੈਸ ਦੇ ਵਿੱਚ ਵੀ ਜਿਹੜਾ ਬਾਈ ਸਤਵੰਤਾ ਇਹ ਹਜ਼ਾਰ ਛਪਾਟਾ ਹੋਣ ਮਾਰ ਦਿੰਦਾ ਮਤਲਬ ਇੰਨਾ ਕੁ ਫਿੱਟ ਪਿਆ ਤੇ ਮਾਲਕ ਦੀ ਕਿਰਪਾ ਕਿ ਜਿੰਨੇ ਮਿਹਨਤੀ ਬੰਦੇ ਆ ਦਾਤੇ ਨੇ ਉਨੀ ਚੰਗੀ ਨਿਆਮਤ ਵੀ ਬਖਸ਼ੀ ਆ ਘੋੜੇ ਸਾਂਭਣ ਦਾ ਹੁਣ ਕਾਫੀ ਐਕਸਪੀਰੀਅੰਸ ਹੋ ਚੁੱਕਿਆ ਪਲਵਾਨਾਂ ਨੂੰ ਹੁਣ ਬਾਈ ਹੁਣਾ ਕੋਲੇ 2-3 ਸਟਾਲੀਆ ਨੇ ਇਹ ਘੋੜੇ ਦਾ ਨਾਮ ਐ ਬਾਈ ਸ਼ਿਵਾ 나ਗ ਦਾ ਪੋਤਾ ਚਾਰ ਦੰਦ ਹੋ ਚੁੱਕਿਆ ਆਉਣ ਵਾਲੇ ਸਮੇਂ 'ਚ ਮਾਲਕ ਕਿਰਪਾ ਕਰੇ ਇਹਦੇ ਬੱਚੇ ਵੀ ਬਹੁਤ ਚੰਗੇ ਆਉਣਗੇ ਕਿਉਂਕਿ ਬਾਈ ਹੁਣਾ ਕੋਲੇ ਆਏ ਨੂੰ ਹਜੇ ਥੋੜਾ ਟਾਈਮ ਹੋਇਆ ਬੱਚੇ ਆਏ ਆ ਇਸ ਘੋੜੇ ਦੇ ਪਰ ਹਜੇ ਓਨੇ ਜਿਆਦਾ ਬਾਈ ਹੁਣਾ ਦੀ ਪਕੜ ਦੇ ਵਿੱਚ ਨਹੀਂ ਗਏ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਆਉਣਗੇ ਜੇ ਕਿਸੇ ਵੀ ਭਰਾ ਨੂੰ ਇਸ ਘੋੜੇ ਤੋਂ ਬਰੀਡ ਦੀ ਲੋੜ ਹੋਈ ਇਸ ਘੋੜੇ ਤੋਂ ਅੱਗੇ ਮੱਝੂ ਕੇ ਲਾਈਨ ਵਧਾਉਣ ਦੀ ਮਹਿਸੂਸ ਕਰਦਾ ਹੋਇਆ ਕੋਈ ਬੰਦਾ ਤਾਂ ਇਸ ਘੋੜੇ ਤੋਂ ਤੁਸੀਂ ਘੋੜੀ ਕਰਾਸ ਕਰਾ ਸਕਦੇ ਆ ਬਾਕੀ ਮੇਰੇ ਕੱਲਾ ਕਹਿਣ ਤੇ ਨਹੀਂ ਤੁਸੀਂ ਜੱਜ ਬਣ ਕੇ ਦੱਸਣਾ ਵੀ ਆ ਕਿ ਇਹ ਘੋੜਾ ਕਿਹੋ ਜਿਹਾ ਲੱਗਿਆ ਅਗਲਾ ਘੋੜਾ ਤੁਹਾਨੂੰ ਦਿਖਾ ਦਿੰਨਾ ਨੁਕਰਾ ਇਹਦਾ ਨਾਮ ਬਾਜ ਆ ਇਹ ਘੋੜੇ ਦੀ ਉਮਰ ਆ ਜਿਹੜੀ ਉਹ ਤਕਰੀਬਨ ਕਹਿ ਸਕਦੇ ਆ ਕਿ 9 ਸਾਲ 8-9 ਸਾਲ ਹੋਊਗੀ ਇਹ ਪਲਵਾਨ ਜੀ ਹੁਣਾਂ ਕੋਲੇ ਕਾਫੀ ਟਾਈਮ ਤੋਂ ਆ ਅਬੂਰ ਲਾਈਨ ਦਾ ਘੋੜਾ ਇਹ ਇਹ ਘੋੜੇ ਨੂੰ ਅੱਜਕੱਲ੍ਹ ਭਲਵਾਨ ਜੀ ਹੁਣੀ ਵੇਚਣ ਦਾ ਵਿਚਾਰ ਕਰ ਰਹੇ ਆ ਕਿਉਂਕਿ ਉਹਨਾਂ ਦੀ માનਸਕਤਾ ਉਹ ਕਹਿੰਦੇ ਆ ਕਿ ਅਸੀਂ ਮਾਰਵਾੜੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਚਲੋ ਉਹ ਜੋ ਵੀ ਹੋ ਸਕਦੀ ਆ ਉਹਨਾਂ ਦੀ ਸੋਚ ਉਹਦੇ ਮੁਤਾਬਕ ਉਹ ਘੋੜਾ ਵੇਚਣਾ ਚਾਹੁੰਦੇ ਆ ਤੁਸੀਂ ਜਾ ਕੇ ਜੇ ਕੋਈ ਚਾਹਵਨ ਹੋਇਆ ਆ ਘੋੜਾ ਖਰੀਦਣ ਦਾ ਤਾਂ ਤੁਸੀਂ ਜਾ ਕੇ ਖਰੀਦ ਸਕਦੇ ਆ ਵੇਖ ਸਕਦੇ ਆ ਇਹ ਘੋੜਾ ਸਵਾਰੀ ਦਾ ਵੀ ਚੰਗਾ ਹੈ ਤੇ ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਹੈਰਾਨੀ ਵਾਲੀ ਗੱਲ ਦੱਸਦਾ ਭਲਵਾਨ ਜੀ ਹੁਣੀ ਇਟਲੀ ਦੇ ਪੱਕੇ ਆ ਪਿਓ ਪੁੱਤ ਇਟਲੀ ਦੇ ਪੇਪਰਾਂ ਲਈ ਲੋਕ ਥੱਬਿਆਂ ਦੇ ਥੱਬੇ ਰੁਪਈਆਂ ਦੇ ਚੱਕੀ ਫਿਰਦੇ ਆ ਤੇ ਬਾਈ ਹੁਣੀ ਇਟਲੀ ਦੇ ਪੱਕੇ ਆ ਸਿਰਫ ਘੋੜਿਆਂ ਦੇ ਇਸ਼ਕ ਦਾ ਕਰਕੇ ਇਟਲੀ ਛੱਡਦੀ ਬਾਈ ਹੁਣਾ ਨੇ ਉਹ ਕਹਿੰਦੇ ਵੀ ਹੁਣ ਨਹੀਂ ਪਿਓ ਪੁੱਤਾਂ ਨੇ ਅਸੀਂ ਜਮਾ ਹੀ ਨਹੀਂ ਜਾਣਾ ਜਿੰਨਾ ਕਾਰੋਬਾਰ ਹੈਗਾ ਉਹ ਉੱਥੇ ਛੱਡ ਤਾਂ ਕੁਸ ਉਸ ਛੱਡ ਦੇਣਗੇ ਬੰਦ ਕਰ ਦੇਣਗੇ ਵੀ ਹੁਣ ਜਾਣਾ ਨਹੀਂ ਜੇ ਲੋਡ ਪਊ ਤਾਂ ਕਿਤੇ ਉਹੀ ਬਸ ਝੂਟਾ ਝਾਟਾ ਜਾਜ ਦਾ ਲੈਣ ਜਾਵੜਿਆ ਕਰਾਂਗੇ ਉਦਾਂ ਨਹੀਂ ਜਾਣਾ ਆ ਘੋੜਾ ਤੁਹਾਡੇ ਸਾਹਮਣੇ ਆ ਬਾਈ ਜੇ ਕਿਸੇ ਵੀ ਬੰਦੇ ਨੇ ਲੈਣਾ ਹੋਇਆ ਤੇ ਤੁਸੀਂ ਸੰਪਰਕ ਕਰ ਲਿਓ ਪੁਲਵਾਨ ਜੀ ਹੁਣਾ ਦੇ ਨਾਲ ਤੇ ਕੱਲਾ ਇਸ ਘੋੜੇ ਨੂੰ ਆਪਾਂ ਕੱਲਾ ਦਿਖਾਵਾਂਗੇ ਨਹੀਂ ਤੁਰ ਫਿਰ ਕੇ ਤੁਹਾਨੂੰ ਇਹਦੀ ਸਵਾਰੀ ਦੀ ਵੀ ਮਾੜੀ ਜੀ ਝਲਕ ਵਿਖਾ ਦਿੰਨੇ ਆ ਕਿਉਂਕਿ ਜਿਹੜੀ ਚੀਜ਼ ਵੇਚਣ ਵਾਲੀ ਹੁੰਦੀ ਆ ਉਹਦਾ ਸਾਰਾ ਕੁਝ ਦੱਸਣਾ ਚਾਹੀਦਾ ਹੁੰਦਾ ਆਹ ਲਓ ਜੀ ਪਲਵਾਨ ਜੀ ਪਲਵਾਨ ਸਤਵੰਤ ਸਿਓ ਸਤਵੰਤ ਤਾਂ ਮੇਰੇ ਹਿਸਾਬ ਨਾਲ ਪਲਵਾਨ ਦੇ ਯਾਰਾਂ ਨੇ ਵੀ ਅੱਜ ਹੀ ਨਾ ਪਹਿਲੀ ਵਾਰ ਸੁਣਿਆ ਸੀ ਆਪਦੇ ਯਾਰਾਂ ਦੇ ਵਿੱਚ ਨਾ ਇਹ ਗੁੜਿਆਂ ਵਾਲਾ ਪਲਵਾਨ ਹੀ ਵਜਦਾ ਘੋੜਾ ਤੁਰਦਾ ਬਹੁਤ ਚੰਗਾ ਬਾਈ ਆਹ ਵੇਖਿਓ ਮਾੜਾ ਜਿਹਾ ਘੋੜਾ ਤੁਰਦਾ ਕਮਾਲ ਆ ਤੋਰੇ ਦਾ ਬਹੁਤ ਸਾਫ਼ ਆ ਆ ਆਪਣਾ ਪ੍ਰੀਤ ਆਉਂਦਾ ਬੈਠਾ ਮੈਂ ਵੀਡੀਓ ਤੇਜ਼ ਦਿਖਾਉਣਾ ਨਾਰਮਲ ਆ ਦੇਖੋ ਆ ਨਾਰਮਲ ਸਪੀਡ ਤੇ ਆ ਰਿਹਾ ਘੋੜਾ ਘੋੜੇ ਦਾ ਤੋਰਾ ਸਾਫ਼ ਆ ਮੋਢਿਆਂ ਤੱਕ ਮਤਲਬ ਬੰਦੇ ਦੇ ਉਹ ਜਿਹੜੀ ਜਰਕ ਜੀ ਆ ਉਹ ਜਾਣ ਨਹੀਂ ਦਿੰਦਾ ਆਪਾਂ ਇਕੱਲਾ ਪ੍ਰੀਤ ਹੀ ਨਹੀਂ ਆਪਾਂ ਗਾਂ ਸਵਾਰ ਬਦਲਦੇ ਆ ਯਾਰ ਆਪਣੇ ਨਾਲ ਸਾਡੇ ਨਾਲ ਆ ਨਿਆਣਾ ਜਵਾਕ ਗਿਆ ਸੀ ਸਾਡਾ ਸਾਹਿਲ ਆ ਘੋੜਾ ਕਹਿੰਦਾ ਮੈਨੂੰ ਛੱਡ ਤੇ ਇਹ ਛੱਡਦਾ ਨਹੀਂ ਸਾਡੇ ਜਵਾਕਾਂ ਨੂੰ ਅਸਲ ਦੇ ਵਿੱਚ ਨਾ ਪੋਸ ਪੈ ਗਿਆ ਘੋੜਿਆਂ ਦੀ ਸਵਾਰੀ ਕਰਨ ਦਾ ਸਵਾਦ ਪੈ ਗਿਆ ਆਪਾਂ ਕਹਿ ਸਕਦੇ ਹਾਂ ਅਸਲ 'ਚ ਯਾਰ ਆਪਾਂ ਨੂੰ ਹੱਕ ਵੀ ਉਦੋਂ ਹੀ ਆ ਕਿਸੇ ਨੂੰ ਕਹਿਣ ਦਾ ਕਿ ਜਵਾਕਾਂ ਨੂੰ ਘੋੜਿਆਂ ਦਾ ਸ਼ੌਂਕ ਪਾਈਏ ਜੇ ਆਪਾਂ ਆਪਦੇ ਜਵਾਕ ਨੂੰ ਉੱਤੇ ਬਿਠਾਉਣੇ ਆ ਜੇ ਆਪਾਂ ਆਪਦੇ ਜਵਾਕਾਂ ਨੂੰ ਤਾਂ ਐ ਡਰੀ ਜਾਣਾ ਕਿ ਯਾਰ ਜੋ ਸਾਡੇ ਜਵਾਕ ਦੇ ਸੱਟ ਨਾ ਬਾਜ ਜੇ ਤੇ ਦੂਜੇ ਦੇ ਜਵਾਕ ਨੂੰ ਵੀਡੀਓ ਪਾ ਪਾ ਕੇ ਆਪਾਂ ਚੱਕਾਂ ਦਈਏ ਫਿਰ ਕਿਤੇ ਗੱਲ ਨਾ ਇਨਸਾਫ ਵਾਲੀ ਨੀ ਤੇ ਆ ਬਈ ਪੁਲਵਾਨਾਂ ਦਾ ਤੀਜਾ ਘੋੜਾ ਆਉਂਦਾ ਗੁਰਪ੍ਰਤਾਪ ਗੈਰੀ ਗੱਲ ਕੋਲੇ ਆ ਨਾ ਜਿਹੜਾ ਘੋੜਾ ਦਰੋਣਾ ਉਹਦਾ ਬੱਚਾ ਇਹ ਹਜੇ ਇਹ ਖੀਰਾ ਏ ਹਜੇ ਤਾਂ ਇਹ ਬੱਚਾ ਦੁੱਧ ਦੰਦਾ ਏ ਖੀਰਾ ਏ ਤੇ ਇਹਦੇ ਤੁਸੀਂ ਲੱਛਣ ਵੇਖੋ ਯਾਰ ਮੈਂ ਇੱਕ ਗੱਲ ਹੋਰ ਵੇਖੀ ਆ ਬਈ ਪੁਲਵਾਨਾਂ ਦੇ ਘੋੜਿਆਂ ਚ ਵੀ ਪੂਰਾ ਗਰੰਟੀ ਆ ਬਈ ਜਿਵੇਂ ਨਾ ਮਾਂ ਦੇ ਪੁੱਤ ਇੱਕੋ ਥਾਲੀ ਜੀ ਖਾਂਦੇ ਹੁੰਦੇ ਆ ਜੇ ਤਾਂ ਮੁੰਡੇ ਨੂੰ ਕੁਲਵਿੰਦਰ ਨੂੰ ਪੁੱਛਿਆ ਉਹ ਕਹਿੰਦਾ ਬਾਈ ਮੈਂ 22 23 ਕਿਲੋਮੀਟਰ ਮੈਰਾਥਨ ਦੀ ਤਿਆਰੀ ਕਰ ਰਿਆਂ ਜੇ ਮੈਂ ਪਲਵਾਨ ਨੂੰ ਪੁੱਛਿਆ ਉਹ ਕਹਿੰਦਾ ਮੈਂ ਹਜ਼ਾਰ ਛਪਾਟਾ ਮਾਰ ਦਿੰਦਾ ਐਸ ਉਮਰ ਚ ਤੇ ਜੇ ਮੈਂ ਘੋੜੇ ਖਿਲਾਏ ਤੇ ਘੋੜੇ ਉਦੋਂ ਅੱਗ ਕੱਢਣ ਬਈ ਮੈਨੂੰ ਤਾਂ ਐ ਲੱਗਦਾ ਵੀ ਇਹ ਸਾਰੇ ਇੱਕੇ ਥਾਲੀ ਜੀ ਖਾਈ ਜਾਂਦੇ ਆ ਬਾਕੀ ਵੀ ਗੱਲ ਸ਼ੌਂਕ ਦੀ ਆ ਅਸਲ ਦੇ ਵਿੱਚ ਕਹਾਣੀ ਇਹ ਆ ਜਦੋਂ ਆਪਾਂ ਕਿਸੇ ਚੀਜ਼ ਨੂੰ ਰੀਜਣਾ ਪਾਲਦੇ ਆ ਨਾ ਤੇ ਫਿਰ ਉਹ ਚੀਜ਼ ਮੁੱਲ ਮੋੜਦੀ ਆ ਆ ਪਲਵਾਨਾਂ ਦੇ ਘਰੇ ਮੈਂ ਤੁਹਾਨੂੰ ਹੋਰ ਦਿਖਾ ਦਿੰਨਾ ਆ ਹੈਗਾ ਇਹਨਾਂ ਦਾ ਫਾਰਮ ਭਾਈ ਗੁੜੇ ਪੈਂਡਾ ਲੁਧਿਆਣੇ ਦੇ ਕੋਲੇ ਆ ਆ ਜਿਹੜੀਆਂ ਘੋੜੀਆਂ ਕੰਧ ਨਾਲ ਖੜੀਆਂ ਇਹ ਸਾਰੀਆਂ ਬਕਾਊ ਆ ਆ ਨੀਲੀ ਖੜੀ ਆ ਇੱਕ ਆ ਖੜੀ ਆ ਚੰਬੀ ਘੋੜੀ ਇੱਕ ਆ ਚੰਬੀ ਘੋੜੀ ਦੇ ਮਗਰਲੇ ਪਾਸੇ ਕਾਲਾ ਬੱਚਾ ਕੁਛ ਦਿਨਾਂ ਦਾ ਹੀ ਆ ਇਹ ਘੋੜੀਆਂ ਬਕਾਊ ਆ ਉਹ ਜਿਹੜੀ ਬਸ਼ੇਰੀ ਖੜੀ ਆ ਉਹ ਦੂਰੋਂ ਹੀ ਮੈਂ ਤਾਂ ਦਿਖਾ ਰਿਆ ਕਿਉਂਕਿ ਉਹ ਬਕਾਊ ਨਹੀਂ ਬਾਕੀ ਆ ਘੋੜਾ ਮੀਟਿੰਗ ਲਈ ਰੈਡੀ ਆ ਪਹਿਲਵਾਨ ਜੀ ਹੁਣਾਂ ਨੂੰ ਫੋਨ ਕਰਕੇ ਜ਼ਰੂਰ ਵਧਾਈ ਦਿਓ ਕਿ ਉਹਨਾਂ ਨੇ 나ਗ ਦੀ ਜਿਹੜੀ ਅਣਸਾ ਆਪਾਂ ਇਹ ਕਹਿ ਸਕਦੇ ਵੀ 나ਗ ਦੀ ਫੋਟੋ ਕਾਪੀ ਜਮ੍ਹਾਂ ਸਾਂਭੀ ਹੋਈ ਆ ਇਸ ਗੱਲ ਦੀ ਵਧਾਈ ਦਿਓ ਕਿਉਂਕਿ ਮੱਜੂ ਕੇ ਲਾਈਨ ਆਪਣੇ ਪੰਜਾਬ ਦੀ ਸ਼ੁੱਧ ਪੰਜਾਬੀ ਲਾਈਨ ਆ ਤੇ ਇਹ ਘੋੜੇ ਦਾ ਨਾਮ ਸ਼ਿਵਾ ਇਹ ਹੁਣ 4 ਦੰਦ ਹੋ ਚੁੱਕਿਆ ਇਹ ਘੋੜਾ ਇਹਦੇ ਹਜੇ 1-2 ਹੀ ਬੱਚੇ ਆਏ ਆ ਭਲਵਾਨਾਂ ਕੋਲੇ ਕਿਉਂਕਿ ਆਏ ਨੂੰ ਇਹਨੂੰ ਥੋੜਾ ਟਾਈਮ ਹੀ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਮਾਲਕ ਕਿਰਪਾ ਕਰੇ ਬੱਚਿਆਂ ਵਾਲੇ ਤਾਂ ਲੋੜੇ ਲਿਆ ਦੂਗਾ ਇਹ ਇਹ ਘੋੜੇ ਬਾਰੇ ਵੀ ਆਪਣੇ ਵਿਚਾਰ ਜ਼ਰੂਰ ਦਿਓ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ 나ਗ ਦੇਖ ਰਿਹਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਪਿਆਰੇ ਸਬਸਕ੍ਰਾਈਬਰ